ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਦੋਸਤੋ, ਖਬਰ ਲਈ ਚੱਲਦੇ ਹਾਂ। ਕਰਨਾਲ ਔਰ ਟਿੱਕਰੀ ਬਾਰਡਰ ਦਾ ਜਿਹੜਾ ਜਥਾ ਹੈ ਉਹ ਬਕਾਇਦਾ ਤੌਰ ਤੇ ਕਰਨਾਲ ਪਹੁੰਚ ਚੁੱਕਾ ਹੈ, ਜਿਸ ਜਗ੍ਹਾ ਪੱਕੇ ਤੌਰ ਤੇ ਧਰਨਾ ਲਗਾਇਆ ਜਾ ਚੁੱਕਾ ਹੈ ਔਰ ਜਿਹੜਾ ਵੀ ਧਰਨੇ ਪੱਕੇ ਧਰਨੇ ਦਾ ਸਾਜੋ ਸਮਾਨ ਹੈ ਉਹ ਉੱਥੇ ਪਹੁੰਚ ਚੁੱਕਾ ਹੈ ਔਰ ਕਿਸਾਨਾਂ ਵੱਲੋਂ ਬਕਾਇਦਾ ਤੌਰ ਤੇ ਆਪਣੀਆਂ ਮੰਗਾਂ ਤੇ ਅੱਜ ਵੀ ਡਟੇ ਹੋਏ ਨੇ ਕਿ ਉਸ ਆਫੀਸਰ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਔਰ ਖੱਟਰ ਸਰਕਾਰ ਔਰ ਕਰਨਾਲ ਪ੍ਰਸ਼ਾਸਨ ਕਿਤੇ ਨਾ ਕਿਤੇ ਘਬਰਾਏ ਹੋਏ ਨਜ਼ਰ ਆ ਰਹੇ ਨੇ। ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਤੌਰ ਸਕੱਤਰ ਆਪਣੀਆਂ ਸੇਵਾਵਾਂ ਦੇ ਰਹੇ ਪ੍ਰਗਟ ਸਿੰਘ ਜੀ ਜੁੜ ਚੁੱਕੇ ਨੇ ਇਸ ਵੇਲਾ ਕਰਨਾਲ ਤੋਂ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਪ੍ਰਗਟ ਸਿੰਘ ਜੀ, ਤੁਸੀਂ ਹੁਣੇ ਹੁਣੇ ਕਰਨਾਲ ਪਹੁੰਚੇ ਹੋ, ਮਤਲਬ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਰ? ਬਿਲਕੁਲ ਜੀ ਬਿਲਕੁਲ, ਉਹ ਕੱਲ ਵਾਲਾ ਜੋਸ਼ ਹੈ ਜੀ, ਕਿਸਾਨਾਂ ਦੇ ਜਥੇ ਬਹੁਤ ਵੱਡੇ ਪੱਧਰ ਤੇ ਆ ਰਹੇ ਆ ਔਰ ਸ਼ਮਿਆਨੇ ਜਿਹੜੇ ਆ ਤੰਬੂ ਅਸੀਂ ਲਾਤੇ ਆ, ਲੰਗਰਾਂ ਦਾ ਵੱਡਾ ਪ੍ਰਬੰਧ ਹੋ ਗਿਆ ਜੀ ਔਰ ਮੰਚ ਚੱਲ ਰਿਹਾ ਜੀ ਵਧੀਆ। ਅਸੀਂ ਆਪਦੀ ਜਿਹੜੀਆਂ ਮੰਗਾਂ ਤੇ ਉਹਨਾਂ ਤੇ ਅਸੀਂ ਕਾਇਮ ਆ ਜੀ, ਜਿੰਨਾ ਚਿਰ ਉਹਦੇ ਤੇ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਇਹ ਧਰਨਾ ਸਾਡਾ ਲੱਗਾ ਜੀ। ਸਾਡੀ ਲੀਡਰਸ਼ਿਪ ਵੀ ਇੱਥੇ ਮੌਜੂਦ ਆ ਔਰ ਮੋਰਚੇ ਜਿਹੜੇ ਆ ਸਾਡੇ ਦਿੱਲੀ ਦੇ ਬਾਰਡਰ ਵਾਲੇ ਉਹ ਵੀ ਚੱਲਣ ਡਿਆ ਜੀ। ਪ੍ਰਗਟ ਸਿੰਘ ਜੀ, ਕੱਲ 3 ਦੌਰ ਦੀ ਮੀਟਿੰਗ ਅਸਫਲ ਰਹੀ ਹੈ ਔਰ ਕੀ ਉਸ ਤੋਂ ਬਾਅਦ ਕਰਨਾਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਇਨਵੀਟੇਸ਼ਨ ਨਹੀਂ ਆਇਆ ਦੁਬਾਰਾ ਮੀਟਿੰਗ ਦਾ? ਬਿਲਕੁਲ ਨਹੀਂ, ਪ੍ਰਸ਼ਾਸਨ ਭੱਜਾ ਫਿਰਦਾ ਜੀ, ਹੱਥ ਪੈਰ ਫੁੱਲੇ ਪਏ ਪ੍ਰਸ਼ਾਸਨ ਦੇ। ਅਫੀਸੀ ਤੌਰ ਤੇ ਜਦੋਂ ਵੀ ਬੁਲਾਉਣਗੇ ਸਾਡੇ ਆਗੂਆਂ ਨੂੰ ਅਸੀਂ ਉਦੋਂ ਹੀ ਜਾਵਾਂਗੇ ਜੀ ਗੱਲ ਕਰਨ ਨੂੰ, ਕਹੀ ਵੀ ਨਹੀਂ ਅਸੀਂ ਭੱਜੇ, ਗੱਲ ਕਰਾਂਗੇ ਬਿਲਕੁਲ ਦਲੀਲ ਬਹੁਤ ਦਲੀਲ ਗੱਲ ਕਰਾਂਗੇ ਜੀ ਔਰ ਸਾਹਮਣੇ ਰੱਖਾਂਗੇ ਜਿਹੜੀ ਸਰਕਾਰ ਦੇ ਨਾਲ ਗੱਲ ਹੁੰਦੀ ਉਹ ਆਪਣੇ ਕਿਸਾਨਾਂ ਨੂੰ ਮਾਰ ਕੇ ਪੂਰਾ ਅਸੀਂ ਦੱਸਦੇ ਹਾਂ ਜੀ ਸਾਰਾ ਕੁਝ ਵੀ। ਕੱਲ੍ਹ ਚਲੀਆਂ ਵੀ ਗੱਲਾਂ ਹੋਈਆਂ ਜੀ, ਉਹ ਸਾਰਾ ਆਣ ਕੇ ਜਾਣਕਾਰੀ ਸਟੇਜ ਤੇ ਦਿੱਤੀ ਆ ਜੀ, ਸਟੇਜ ਤੇ ਸਾਰਾ ਕੁਝ ਦੱਸਿਆ ਕਿਸਾਨਾਂ ਨੂੰ ਕਿਹੜੀ ਸਰਕਾਰ ਪ੍ਰਸ਼ਾਸਨ ਨੇ ਗੱਲ ਕੀਤੀ, ਉਹ ਸਾਰੀਆਂ ਗੱਲਾਂ ਅੱਜ ਵੀ ਕਲੀਅਰ ਹੋਣਗੀਆਂ ਜਦੋਂ ਸਰਕਾਰ ਗੱਲ ਕਰੇਗੀ। ਅੱਛਾ, ਮਤਲਬ ਕੀ ਜਿਹੜੀ ਇਹ ਇੰਟਰਨੈਟ ਦੀ ਸੇਵਾ ਹੈ ਉਹ ਅੱਜ ਵੀ ਬਰਕਰਾਰ ਹੈ, ਬੰਦ ਜਿਹੜੀ ਹੈ? ਨਹੀਂ ਨਹੀਂ ਜੀ, ਨਹੀਂ ਇਹਨਾਂ ਇੱਕ ਦਿਨ ਵਾਸਤੇ ਹੋਰ ਬੰਦ ਕਰ ਲਈ, ਅਗਲੇ ਅਸਰਾਂ ਤੱਕ, ਕਿਉਂਕਿ SMS ਬੰਦ ਆ, ਟਵਿੱਟਰ ਬੰਦ ਹੈ, ਫੇਸਬੁੱਕ ਬੰਦ ਹੈ, ਸਾਰਾ ਕੁਝ ਬੰਦ ਆ ਜੀ। ਉਹਦਾ ਇਹਨਾਂ ਨੇ ਆਖੇ ਹੋਰ ਇਹਨਾਂ ਅਫੀਸ਼ਲੀ ਇੱਕ ਬਿਆਨ ਜਾਰੀ ਕੀਤਾ ਸਰਕਾਰ ਨੇ ਜੀ, ਉਹ ਬੰਦ ਆ ਜੀ, ਉਹ ਸਰਕਾਰ ਨੇ ਦੇਖਣਾ ਚਲਾਉਣਾ ਕਿ ਨਹੀਂ ਦੇਖਣਾ, ਪਰ ਉਹਦੇ ਨਾਲ ਜੇ ਕਿਸਾਨਾਂ ਨੂੰ ਸਮੱਸਿਆ ਆਉਂਦੀ ਤੇ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਆ ਜੀ। ਲੇਕਿਨ ਪ੍ਰਭਾਵਿਤ ਤਾਂ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਪਰ ਕਿਤੇ ਨਾ ਕਿਤੇ ਖੱਟਰ ਸਰਕਾਰ ਵੱਲੋਂ ਕੋਈ ਮੈਸੇਜ ਆਉਂਦਾ ਨਜ਼ਰ ਨਹੀਂ ਆ ਰਿਹਾ। ਇਹ ਪਤਾ ਲੱਗਾ ਸੀਗਾ ਕਿ ਸਰਕਾਰ ਬਾਕੀ ਮੰਗਾਂ ਮੰਨਣ ਨੂੰ ਤਿਆਰ ਹੈ ਪਰ ਪੁਲਿਸ ਆਫੀਸਰ ਦੇ ਔਰ SDM ਦੇ ਉੱਪਰ ਕਾਰਵਾਈ ਕਰਨ ਨੂੰ ਮਨਾ ਕਰ ਰਹੇ ਨੇ, ਮਤਲਬ ਬਾਕੀ ਜੇ ਮੰਗਾਂ ਮੰਨਦੇ ਆ ਤਾਂ ਇਹ ਕਿਉਂ ਨਹੀਂ ਮੰਗ ਰਹੇ ਉਹ? ਬਿਲਕੁਲ ਜੀ ਬਿਲਕੁਲ, ਇਹ ਤਾਂ ਇਹ ਗੱਲ ਸੱਚ ਆ ਜੀ, ਇਹ ਮੰਗਦੇ ਹੀ ਪਰ ਪ੍ਰਸ਼ਾਸਨ SDM ਦੇ ਖਿਲਾਫ ਨਹੀਂ ਕਾਰਵਾਈ ਕਰਨੀ ਚਾਹੁੰਦੇ, ਜਿਸ ਕਰਕੇ ਉਹ ਤਾਂ ਪ੍ਰੂਫ ਆ ਜੀ ਸਾਡੇ ਕੋਲ। ਕੱਲ੍ਹ ਇਹ ਗੱਲ ਕਹਿ ਰਹੇ ਸੀ, ਅਸੀਂ ਕਮੇਟੀ ਬਣਾਉਂਦੇ ਹਾਂ, ਕਮੇਟੀ ਦੇ ਵਿੱਚ ਫੈਸਲਾ ਹੋ ਜਾਏਗਾ, ਦੇਖਾਂਗੇ SDM ਦੀ ਮਨਸ਼ਾ ਕੀ ਸੀ ਉਸ ਟਾਈਮ ਤੇ ਜਿਹੜਾ ਆਰਡਰ ਦਿੱਤਾ ਸਿਰ ਪਾੜਨ ਦਾ, ਉਹ ਮਨਸ਼ਾ ਕਿਹੜਾ ਮੀਟਰ ਕਿਹੜਾ ਪੈਮਾਨਾ ਜਿਹੜਾ SDM ਨੂੰ ਲਾ ਕੇ ਵੇਖਿਆ ਜਾਵੇਗਾ ਵੀ ਉਹ ਉਹਦੀ ਮਨਸ਼ਾ ਸਹੀ ਕਿ ਗਲਤ। ਇਸ ਕਰਕੇ ਜਿਹੜਾ ਆਰਡਰ ਨੇ ਦਿੱਤਾ ਪਰਚਾ ਕਰਵਾਉਣਾ ਜੀ 302 ਦਾ, ਕੋਈ ਦੋ ਰਾਇ ਨਹੀਂ। ਪ੍ਰਗਟ ਸਿੰਘ ਜੀ, ਜਿਸ ਜਗ੍ਹਾ ਤੁਸੀਂ ਖੜੇ ਹੋ ਆਲੇ ਦੁਆਲੇ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਹੈ? ਬਿਲਕੁਲ ਜੀ, ਵਾਤਾਵਰਨ ਰਾਤ ਦਾ ਵੀ ਠੀਕ ਸੀ, ਹੁਣ ਵੀ ਆ ਪ੍ਰਸ਼ਾਸਨ ਬੈਠਾ ਜੀ, ਜਿਹੜੀ ਸਕਿਉਰਟੀਆਂ ਨਾਲ ਲਾਈ ਉਹ ਲਾਈ ਹੈ ਤੇ ਕਿਸਾਨ ਚੱਲ ਰਿਹਾ ਜੀ, ਸਾਹਮਣੇ ਮੈਂ ਗੇਟ ਦੇ ਵਿੱਚ ਘਰ ਖੜਾ ਜੀ ਔਰ ਵਧੀਆ ਚੱਲ ਰਿਹਾ ਆਪਣੇ ਗੁਰੂ ਜਿਹੜਾ ਦਿਨ ਦਾ ਅਸੀਂ ਇਕੱਠੇ ਖਾ ਸਕਦੇ ਹਾਂ ਜੀ, ਪ੍ਰਸ਼ਾਸਨ ਦੇ ਨਾਲ ਜਾਂਦਾ ਅਸੀਂ ਕਰਦੀ ਜਾਂਦੇ ਹਾਂ ਜੀ। ਬਹੁਤ ਬਹੁਤ ਮਿਹਰਬਾਨੀ ਪ੍ਰਗਟ ਸਿੰਘ ਜੀ, ਤੁਸੀਂ ਸਾਡੇ ਨਾਲ ਕਰਨਾਲ ਤੋਂ ਜੁੜੇ ਹੋ ਔਰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮਤਲਬ ਕੱਲ੍ਹ ਵੀ ਇਹ ਗੱਲ ਹੋਈ ਸੀ ਕਿ ਬਾਕੀ ਜਿਹੜੀਆਂ ਮੰਗਾਂ ਨੇ ਮੰਨ ਲਾਂਗੇ ਪਰ SDM ਔਰ ਪੁਲਿਸ ਆਫੀਸਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਾਂਗੇ, ਲੇਕਿਨ ਕਿਸਾਨਾਂ ਨੇ ਪੱਕੇ ਤੌਰ 'ਤੇ ਮੋਰਚਾ ਜਿਹੜਾ ਹੈ ਉਹ ਕਰਨਾਲ ਦੇ ਮਿੰਨੀ ਸੈਕਟਰੀਏਟ ਦੇ ਅੱਗੇ ਲਗਾ ਦਿੱਤਾ ਹੈ, ਜਿੱਥੇ ਕਿ ਟੈਂਟ ਆ ਰਹੇ ਨੇ, ਹੋਰ ਖਾਣ ਪੀਣ ਦਾ ਲੰਗਰ ਦਾ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ, ਮਤਲਬ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਜ਼ਰੂਰ ਝੁਕਣਾ ਪਏਗਾ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ
ते नरक भरी जिंदगी विच लियांदा है रौनक। फीर लीफ पावर, कब्ज़ तो परेशान होने की हुण जरूरत नहीं है, कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।